ਅਸੀਂ ਇਸ ਵੇਲੇ ਮੌਜੂਦ ਆ ਇਤਿਹਾਸਕ ਅਸਥਾਨ ਗੁਰਦੁਆਰਾ ਨਾਨਕਸਰ ਸਾਹਿਬ ਹਕੀਮਪੁਰ ਜ਼ਿਲ੍ਹਾ ਨਵਾਂਸ਼ਹਿਰ ਤਹਿਸੀਲ ਬੰਗਾ ਉਹ ਗੁਰਦੁਆਰਾ ਸਾਹਿਬ ਇਹ ਉਹ ਧਰਤੀ ਹੈ ਜਿੱਥੇ ਪਹਿਲੀ ਸਤਵੀਂ ਤੇ ਨੌਵੀਂ ਪਾਤਸ਼ਾਹੀ ਦੀ ਚਰਨ ਛੋਹ ਪ੍ਰਾਪਤ ਹੋਈ ਹੈ ਇਸ ਗੁਰਦੁਆਰਾ ਸਾਹਿਬ ਨੂੰ ਇਸ ਧਰਤੀ ਨੂੰ ਸੋ ਅੱਜ ਅਸੀਂ ਮੌਜੂਦ ਹਾਂ ਜੀ ਹਕੀਮਪੁਰ ਪਿੰਡ ਦੇ ਵਿੱਚ ਉਹ ਪਿੰਡ ਜਿਹੜਾ ਕਿ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਹੈ ਉਹ ਪਿੰਡ ਜਿਸ ਨੇ ਇਸ ਧਰਤੀ ਨੂੰ ਇਸ ਪਿੰਡ ਨੂੰ ਬਹੁਤ ਸਾਰੇ ਐਨ ਆਰ ਆਈਜ਼ ਬਹੁਤ ਸਾਰੇ ਅਫਸਰ ਅਤੇ ਬਹੁਤ ਵੱਖਰੇ ਵੱਖਰੇ ਅਹੁਦੇ 'ਤੇ ਮੌਜੂਦ ਉਹ ਇਨਸਾਨ ਦਿੱਤੇ ਨੇ ਸੋ ਅੱਜ ਜੇਕਰ ਇਸ ਪਿੰਡ ਦੀ ਅਸੀਂ ਗੱਲ ਕਰੀਏ ਤਾਂ ਇਸ ਨੂੰ ਇੱਕ ਭਾਈਚਾਰਕ ਸਾਂਝ ਦੀ ਮਿਸਾਲ ਵੀ ਕਿਹਾ ਜਾਵੇ ਤਾਂ ਉਹ ਵੀ ਗਲਤ ਨਹੀਂ ਹੋਏਗਾ ਕਿਉਂਕਿ ਇੱਥੇ ਹਰ ਇੱਕ ਤਿਉਹਾਰ ਜਿਹੜਾ ਆ ਉਹ ਬੜਾ ਹੀ ਰਲ ਕੇ ਬੜੇ ਹੀ ਪਿਆਰ ਦੇ ਨਾਲ ਆਪਸ ਦੇ ਵਿੱਚ ਜੁੜ ਕੇ ਮਨਾਇਆ ਜਾਂਦਾ ਆ ਅਤੇ ਅੱਜ ਅਸੀਂ ਇੱਥੇ ਪਹੁੰਚੇ ਹਾਂ ਤੀਜ ਦਾ ਤਿਉਹਾਰ ਤੀਆਂ ਦਾ ਤਿਉਹਾਰ ਮਨਾਉਣ ਵਾਸਤੇ ਅਤੇ ਅਸੀਂ ਤੁਹਾਨੂੰ ਅੱਜ ਲੈ ਕੇ ਵੀ ਜਾਵਾਂਗੇ ਉਸ ਸਥਾਨ ਦੇ ਉੱਤੇ ਜਿੱਥੇ ਕਿ ਇਹ ਤਿਉਹਾਰ ਮਨਾਇਆ ਜਾ ਰਿਹਾ ਆ ਜਿੱਥੇ ਪਿੰਡ ਦੇ ਸਾਰੇ ਲੋਕ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸੱਜ ਕੇ ਅੱਜ ਉੱਥੇ ਪਹੁੰਚੇ ਹੋਏ ਨੇ ਉੱਥੇ ਦਾ ਮਾਹੌਲ ਜਿਹੜਾ ਆ ਅੱਜ ਦੇਖਣ ਵਾਲਾ ਆ ਰੌਣਕਾਂ ਭਰਿਆ ਆ ਬਾਕੀ ਕੀ ਕੁਝ ਖਾਸ ਰਹਿਣ ਵਾਲਾ ਆ ਇਹ ਆਪਾਂ ਉੱਥੇ ਚੱਲ ਕੇ ਦੇਖਾਂਗੇ ਅੱਜ ਦੇ ਸਫ਼ਰ ਦੇ ਨਾਲ ਮੇਰੇ ਨਾਲ ਤੁਸੀਂ ਬਣੇ ਰਹੋ ਅਤੇ ਸਭ ਤੋਂ ਪਹਿਲਾਂ ਅਸੀਂ ਗੁਰਦੁਆਰਾ ਸਾਹਿਬ ਦੇ ਅੰਦਰ ਨਤਮਸਤਕ ਹੁੰਦੇ ਹਾਂ ਅਤੇ ਗੁਰਦੁਆਰਾ ਸਾਹਿਬ ਦੇ ਅੰਦਰ ਮੱਥਾ ਟੇਕਦੇ ਹਾਂ ਹੁਣ ਅਸੀਂ ਗੁਰੂ ਘਰ ਤੋਂ ਨਤਮਸਤਕ ਹੋ ਕੇ ਪਹੁੰਚ ਚੁੱਕੇ ਹਾਂ ਪਿੰਡ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਸੁਲੱਖਣ ਸਿੰਘ ਜੀ ਦੇ ਘਰ ਅਤੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਜਾਣਾਂਗੇ ਇਸ ਈਵੈਂਟ ਦੇ ਬਾਰੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਮੈਡਮ ਜੀ ਸਰ ਮੈਂ ਪਹਿਲਾਂ ਤੁਹਾਡੇ ਤੋਂ ਇਹ ਜਾਣਨਾ ਚਾਹੂੰਗੀ ਕਿ ਅੱਜ ਦਾ ਜਿਹੜਾ ਈਵੈਂਟ ਔਰਗਨਾਈਜ਼ ਕਰਵਾਇਆ ਜਾ ਰਿਹਾ ਪੂਰੀ ਮੈਨੇਜਮੈਂਟ ਟੀਮ ਦੇ ਵੱਲੋਂ ਇਹ ਐਫਰਟ ਕੀਤਾ ਜਾ ਰਿਹਾ ਇਹਦੇ ਪਿੱਛੇ ਤੁਹਾਡੀ ਕਿੰਨੀ ਕੁ ਜ਼ਿਆਦਾ ਮਿਹਨਤ ਹੈ ਔਰ ਇਹ ਉਪਰਾਲਾ ਕਿਵੇਂ ਸੋਚਿਆ ਕਿ ਇਹ ਕਰਵਾਉਣਾ ਚਾਹੀਦਾ ਤੁਹਾਨੂੰ ਪਿੰਡ ਦੇ ਵਿੱਚ ਮੈਡਮ ਸਾਨੂੰ ਇਹ ਤਕਰੀਬਨ 3 ਸਾਲ ਹੋ ਗਏ ਜੀ ਕਿਉਂਕਿ ਵੈਸੇ ਬੰਦਿਆਂ ਦੇ ਤਾਂ ਤਕਰੀਬਨ ਕਹਿ ਲਓ ਮੇਲੇ ਬਹੁਤ ਹੁੰਦੇ ਆ ਲੇਡੀਜ਼ ਦਾ ਪ੍ਰੋਗਰਾਮ ਕੋਈ ਐਡਾ ਨਹੀਂ ਸੀਗਾ ਸੋ ਪਿੰਡ ਦੇ ਧੀਆਂ ਧਿਆਣੀਆਂ ਦਾ ਨਗਰ ਪੰਚਾਇਤ ਵੱਲੋਂ ਅਤੇ ਐੱਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਅਤੇ ਸਾਡੇ ਵੱਡੇ ਵੀਰ ਗੁਰਪ੍ਰੀਤ ਸਿੰਘ ਸੰਗਰ ਜੋ ਨਿਊਜ਼ੀਲੈਂਡ ਵਿੱਚ ਨੇ ਅਤੇ ਉਹਨਾਂ ਦਾ ਕਾਫੀ ਉੱਘਾ ਸਹਿਯੋਗ ਰਿਹਾ ਸੋ ਉਹਨਾਂ ਦਾ ਇੱਕ ਉਪਰਾਲਾ ਸੀ ਕਿ ਇੱਕ ਪਿੰਡ ਨੂੰ ਇੱਕ ਮੁੱਠ ਕਰਨ ਦਾ ਸੋ ਉਹਨਾਂ ਨੇ ਕਾਫੀ ਮਿਹਨਤ ਵੀ ਕੀਤੀ ਔਰ ਪਿੰਡ ਪੱਧਰ 'ਤੇ ਇੱਕ ਪਿੰਡ ਦੀ ਸਾਂਝੀ ਗੁਰੂ ਨਾਨਕ ਸੇਵਾ ਸੁਸਾਇਟੀ ਬਣਾਈ ਜਿਸ ਵਿੱਚ ਸਾਰਾ ਪਿੰਡ ਨੂੰ ਐਡ ਕੀਤਾ ਅਤੇ ਸਾਰਿਆਂ ਦੇ ਗਿੱਲੇ ਸ਼ਿਕਵੇ ਦੂਰ ਕਰਕੇ ਸਾਰਿਆਂ ਨੂੰ ਇੱਕ ਮੋਤੀ 'ਚ ਪਰੋਇਆ ਅਤੇ ਸੋ ਇਸੇ ਤਰ੍ਹਾਂ 3 ਸਾਲ ਹੋ ਗਏ ਸਾਨੂੰ ਤੀਆਂ ਦਾ ਤਿਉਹਾਰ ਮਨਾਉਂਦਿਆਂ ਨੂੰ ਪਿੰਡ ਦੀਆਂ ਧੀਆਂ ਧਿਆਣੀਆਂ ਸਹੁਰਿਆਂ ਤੋਂ ਆਉਂਦੀਆਂ ਇਕੱਠੀਆਂ ਹੁੰਦੀਆਂ ਆਪਣੀਆਂ ਕਹਿ ਲਓ ਵੀ ਕਲਾਸ ਫੈਲੋ ਨੂੰ ਮਿਲਦੀਆਂ ਆ ਗੱਲਬਾਤ ਕਰਦੀਆਂ ਅਤੇ ਪਹਿਲੇ ਸਾਲ ਥੋੜ੍ਹਾ ਜਿਹਾ ਘੱਟ ਉਤਸ਼ਾਹ ਸੀਗਾ ਦੂਸਰੇ ਸਾਲ ਥੋੜ੍ਹਾ ਜਿਹਾ ਉਸ ਤੋਂ ਵਧਿਆ ਤੀਸਰੇ ਸਾਲ ਹੁਣ ਤੁਸੀਂ ਦੇਖਦੇ ਹੀ ਹੋ ਅਤੇ ਹਜੇ ਸਵੇਰ ਦਾ ਟਾਈਮ ਅਤੇ ਕਾਫੀ ਉਤਸ਼ਾਹ ਹੈਗਾ ਕਾਫੀ ਮੇਲਾ ਭਰਿਆ ਆ ਅਤੇ ਸੋ ਮਤਲਬ ਪਿੰਡ ਦੇ ਸਹਿਯੋਗ ਨਾਲ ਕੁੜੀਆਂ ਦੇ ਨਗਰ ਨਿਵਾਸੀਆਂ ਦੇ ਪੰਚਾਇਤ ਦੇ ਅਤੇ ਐੱਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਅਤੇ ਸਭ ਤੋਂ ਉੱਘਾ ਸਹਿਯੋਗ ਸਾਡੇ ਗੁਰਪ੍ਰੀਤ ਸਿੰਘ ਸੰਗਰ ਭਾਅ ਜੀ ਨਿਊਜ਼ੀਲੈਂਡ ਵਾਲੇ ਜੋ ਕਿ ਸਾਨੂੰ ਬਹੁਤ ਸਪੋਰਟ ਕਰਦੇ ਨੇ ਉਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਜੀ ਜੀ ਅਤੇ ਸਰ ਜਿਵੇਂ ਕਿ ਮੈਂ ਤੁਹਾਡੇ ਪਿੰਡ ਦੇ ਬਾਰੇ ਬਹੁਤ ਕੁਛ ਸੁਣਿਆ ਆ ਵੀ ਪਿੰਡ ਦਾ ਮਾਹੌਲ ਇੱਥੇ ਦਾ ਭਾਈਚਾਰਾ ਮਤਲਬ ਬਹੁਤ ਚੀਜ਼ਾਂ ਸੁਣੀਆਂ ਨੇ ਸੋ ਮੈਂ ਉਹ ਆਪਣੀ ਅੱਖੀ ਦੇਖਣਾ ਚਾਹੂੰਗੀ ਮੈਂ ਮਾਹੌਲ ਜਿਵੇਂ ਬਾਹਰ ਦੇਖਿਆ ਆ ਕਿ ਲੋਕਾਂ ਦੇ ਵਿੱਚ ਆਪਸੀ ਪਿਆਰ ਬਹੁਤ ਹੈ ਪਰ ਮੈਂ ਪੂਰੇ ਪਿੰਡ ਨੂੰ ਦੇਖਣਾ ਚਾਹੂੰਗੀ ਸੋ ਮੈਂ ਚਾਹੂੰਗੀ ਕਿ ਤੁਸੀਂ ਮੈਨੂੰ ਆਪਣਾ ਪਿੰਡ ਘੁਮਾਓ ਬਿਲਕੁਲ ਮੈਡਮ ਜੀ ਜੋ ਤੁਸੀਂ ਸੁਣਿਆ ਬਿਲਕੁਲ ਸੱਚ ਸੁਣਿਆ ਜੀ ਸੋ ਅਸੀਂ ਅੱਜ ਤੁਹਾਨੂੰ ਟਰੈਕਟਰ 'ਤੇ ਹੀ ਪਿੰਡ ਘੁਮਾਉਂਦੇ ਹਾਂ ਓਪਨ ਜੀਪ ਦੇ ਵਿੱਚ ਤੁਸੀਂ ਖੁਦ ਆਪ ਦੇਖ ਲਓਗੇ ਪਿੰਡ ਦਾ ਭਾਈਚਾਰਾ ਔਰ ਪਿੰਡ ਦਾ ਵਿਕਾਸ ਆਪਸ ਵਿੱਚ ਲੋਕਾਂ ਨੇ ਰਲ ਮਿਲ ਕੇ ਕਿਵੇਂ ਬਣਾਇਆ ਅਤੇ ਅੱਜ ਆਪਾਂ ਤੁਹਾਨੂੰ ਪਿੰਡ ਦੀ ਗੱਡੀ ਲਵਾਉਂਦੇ ਹਾਂ ਜੀ ਚਲੋ ਫਿਰ ਚਲੀਏ ਜੀ ਟਰੈਕਟਰ 'ਤੇ ਆਪਾਂ ਚੱਲਦੇ
ਇਹ ਪਿੰਡ ਜਿਹੜਾ ਇੰਨੀ ਤਰੱਕੀ ਕਰ ਸਕਿਆ ਹੈ ਜਿਵੇਂ ਕਿ ਤੁਸੀਂ ਦੇਖ ਹੀ ਸਕਦੇ ਹੋ ਕਿਉਂਕਿ ਸਾਰਾ ਪਿੰਡ ਤੁਹਾਨੂੰ ਮੈਂ ਅੱਜ ਇਸ ਟਰੈਕਟਰ ਦੇ ਉੱਤੇ ਕਬੋਟਾ ਟਰੈਕਟਰ ਦੇ ਉੱਤੇ ਬੈਠ ਕੇ ਦਿਖਾ ਰਹੀ ਹਾਂ ਪਿੰਡ ਦਾ ਨਜ਼ਾਰਾ ਜਿਹੜਾ ਤੁਹਾਨੂੰ ਬਹੁਤ ਸੋਹਣਾ ਦੇਖਣ ਨੂੰ ਮਿਲੇਗਾ ਗੱਲ ਕਰਦੇ ਹਾਂ ਹੁਣ ਕਬੋਟਾ ਟਰੈਕਟਰ ਦੇ ਬਾਰੇ ਮੈਂ ਇਸ ਟਰੈਕਟਰ ਦੇ ਉੱਤੇ ਬੈਠ ਕੇ ਮੈਨੂੰ ਇੰਨਾ ਜ਼ਿਆਦਾ ਮਜ਼ਾ ਆ ਰਿਹਾ ਆ ਕਿ ਜਿਵੇਂ ਤੁਸੀਂ ਗੱਡੀ ਦਾ ਇੱਕ ਫੀਲ ਭਾਲਦੇ ਹੋ ਉਹੀ ਫੀਲ ਤੁਹਾਨੂੰ ਇਸ ਟਰੈਕਟਰ ਦੇ ਉੱਤੇ ਦੇਖਣ ਨੂੰ ਮਿਲੇਗਾ ਬੜਾ ਹੀ ਕੰਫਰਟੇਬਲ ਟਰੈਕਟਰ ਹੈ ਸੀਟ ਬਹੁਤ ਕੰਫਰਟੇਬਲ ਹੈ ਸਟੀਅਰਿੰਗ ਜਿਹੜੇ ਨੇ ਉਹ ਸਟੀਅਰਿੰਗ ਇਹਦਾ ਬਹੁਤ ਹੀ ਜ਼ਿਆਦਾ ਕੰਫਰਟੇਬਲ ਹੈ ਬੜਾ ਈਜ਼ੀਲੀ ਮੂਵੇਬਲ ਹੈ ਤੇ ਨਾਲ ਦੀ ਨਾਲ ਇਸ ਦੇ ਉੱਤੇ ਬੈਠ ਕੇ ਤੁਹਾਨੂੰ ਇਦਾਂ ਨਹੀਂ ਲੱਗੇਗਾ ਕਿ ਝਟਕੇ ਲੱਗ ਰਹੇ ਨੇ ਜਾਂ ਤੁਸੀਂ ਅਨਕੰਫਰਟੇਬਲ ਫੀਲ ਕਰ ਰਹੇ ਹੋ पार्टिसिपेट कर रही ने उस ईवेंट के वखो वख तरीके एक्टिविटीज जड़िया उत्थे हो रही ने स्टेज लगी हुई है सुहाग घोड़िया होर भी बहुत सारिया चीज़ा जड़िया मुटियारा वालों इस ईवेंट के कीतियां जा रही ने ਜਿੱਥੇ ਕਿ ਈਵੈਂਟ ਚੱਲ ਰਿਹਾ ਆ ਸੋ ਪਿੰਡ ਦੀਆਂ ਗਲੀਆਂ ਦੇ ਵਿੱਚੋਂ ਹੁੰਦੇ ਹੋਏ ਇਸ ਕਬੋਟਾ ਟਰੈਕਟਰ ਦੇ ਉੱਤੇ ਅਸੀਂ ਵਾਪਸ ਮੁੜ ਰਹੇ ਹਾਂ ਜੀ ਮੇਲੇ ਵੱਲ ਨੂੰ ਕਿਉਂਕਿ ਉਹ ਮੇਲਾ ਜਿਹੜਾ ਅੱਜ ਅਰੇਂਜ ਕੀਤਾ ਗਿਆ ਆ ਉਹ ਤੇ ਤੁਹਾਨੂੰ ਅੱਜ ਬਹੁਤ ਕੁਝ ਦੇਖਣ ਵਾਲਾ ਮਿਲੇਗਾ ਤੀਆਂ ਦਾ ਤਿਉਹਾਰ ਤੀਆਂ ਦਾ ਮੇਲਾ ਮਨਾਇਆ ਜਾ ਰਿਹਾ ਹੈ ਜੀ ਹਕੀਮਪੁਰ ਦੀਆਂ ਮੁਟਿਆਰਾਂ ਵੱਲੋਂ ਆਓ ਹੁਣ ਮੇਲਾ ਦੇਖਦੇ ਹਾਂ ਚੱਲਦੇ ਹਾਂ ਦੇਖਦੇ ਹਾਂ ਹੁਣ ਕੀ ਕੀ ਹੋ ਰਿਹਾ ਇਸ ਮੇਲੇ ਦੇ ਵਿੱਚ